ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਇੰਡੀਆ ਚੂ ਇੱਥੇ ਆਇਆ ਪੁਚਾਲ ਕੰਬੀ ਧਰਤੀ ਤਾਜ਼ਾ ਵੱਡੀ ਖਬਰ ਵੀਡੀਓ ਅੰਤ ਤੱਕ ਦੇਖਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋ ਦੋਸਤੋ ਹੁਣ ਇੰਡੀਆ ਦੇ ਵਿੱਚ ਪੁਚਾਲ ਆਇਆ ਜਿਸ ਨਾਲ ਧਰਤੀ ਕੰਬ ਗਈ ਜਸਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਇਸ ਮਹੀਨੇ ਦੇ ਇੱਕ ਹਫਤੇ ਦੇ ਦੌਰਾਨ ਇਹ ਤੀਜਾ ਪੁਚਾਲ ਭਾਰਤ ਦੇ ਵਿੱਚ ਆ ਚੁੱਕਾ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਅਸਾਮ ਦੇ ਨਾਗੌਰ ਦੇ ਵਿੱਚ ਪੁਚਾਲ ਆਉਣ ਦੀ ਖਬਰ ਪ੍ਰਾਪਤ ਹੋਈ ਆ ਇਸ ਦੇ ਬਾਬਤ ਭਾਰਤ ਦੀ ਰਾਸ਼ਟਰੀ ਪੁਚਾਲ ਵਿਗਿਆਨ ਕੇਂਦਰ ਤੋਂ ਜਾਣਕਾਰੀ ਪ੍ਰਾਪਤ ਹੋਈ ਆ ਜਿਸ ਦੇ ਅਨੁਸਾਰ ਅੱਜ ਸਵੇਰੇ 7:00 ਵਜੇ 5 ਮਿੰਟ ਤੇ ਅਸਾਮ ਦੇ ਨਾਗੌਰ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਉੱਥੇ ਹੀ ਉਨ੍ਹਾਂ ਨੇ ਦੱਸਿਆ ਕਿ ਪੁਚਾਲ ਦੀ ਤੀਬਰਤਾ ਰੈਕਟਰ ਪਮਾਨੇ ਤੇ 3.0 ਮਾਪੀ ਗਈ ਆ ਅੱਜ ਸਵੇਰੇ ਜਿੱਥੇ ਸਥਾਨਿਕ ਲੋਕਾਂ ਦੇ ਵੱਲੋਂ ਪੁਚਾਲ ਦੇ ਝਟਕੇ 7:05 ਤੇ ਮਹਿਸੂਸ ਕੀਤੇ ਗਏ ਉੱਥੇ ਹੀ ਹਜੇ ਤੱਕ ਇਸ ਪੁਚਾਲ ਦੇ ਕਾਰਨ ਕੋਈ ਜਾਨ ਜਾਂ ਮਾਲ ਦੇ ਨੁਕਸਾਨ ਦੀ ਖਬਰ ਨਹੀਂ ਆ ਉੱਥੇ ਹੀ ਇਸ ਮਹੀਨੇ ਦੇ ਵਿੱਚ ਜਿੱਥੇ 8 ਮਈ ਨੂੰ ਹਿਮਾਚਲ ਪ੍ਰਦੇਸ਼ ਦੀ ਧਰਮਸ਼ਾਲਾ ਦੇ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਦੀ ਰੈਕਟਰ ਪਮਾਨੇ ਤੇ ਤੀਬਰਤਾ 3 ਮਾਪੀ ਗਈ ਸੀ ਸੋ 5 ਮਈ ਨੂੰ ਅਸਾਮ ਦੇ ਵਿੱਚ ਸੂਬੇ ਸੋਨਿਤਪੁਰ ਦੇ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿੱਤੇ 3.5 ਤੀਬਰਤਾ ਰੈਕਟਰ ਸਕੇਲ ਤੇ ਪੈਮਾਨੇ ਤੇ ਮਾਪੀ ਗਈ ਸੀ ਇਸ ਮਹੀਨੇ ਵਿੱਚ ਅਸਾਮ ਚ ਦੂਜੀ ਵਾਰ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਜਿਸ ਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਸੋ ਜਿਹੜੇ ਅੱਜ ਮਹਿਸੂਸ ਕੀਤੇ ਗਏ ਨੇ ਸੋ ਦੋਸਤੋ 7:05 ਤੇ ਅਸਾਮ ਦੇ ਨਗਰ ਨਾਗੌਰ ਦੇ ਵਿੱਚ ਇਹ ਵੱਡੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਨੇ 3.0 ਤੀਬਰਤਾ ਦੇ ਧੰਨਵਾਦ